ਸਾਹਮਣੇ ਆਈ ਫਾਇਰ ਬ੍ਰਿਗੇਡ ਅਧਿਕਾਰੀਆਂ ਦੀ ਨਾਕਾਮੀ। ਫਾਇਰ ਅਧਿਕਾਰੀਆਂ ਨੂੰ ਨਹੀਂ ਓਪਰੇਟ ਕਰਨੀ ਆਈ ਗੱਡੀ। SHO ਸਿਟੀ ਨੇ ਫਾਇਰ ਬ੍ਰਿਗੇਡ ਚਲਾ ਕੇ ਬੁਝਾਈ ਅੱਗ। ਜੀ ਹਾਂ, ਪੰਜਾਬ ਦੇ ਸਰਕਾਰੀ ਮੁਲਾਜ਼ਮ ਅਕਸਰ ਹੀ ਆਪਣੇ ਕਾਰਨਾਮਿਆਂ ਕਾਰਨ ਸੁਰੱਖਿਆ ਦਾ ਵਿਸ਼ਾ ਬਣੇ ਰਹਿੰਦੇ ਨੇ। ਇਹਨਾਂ ਮੁਲਾਜ਼ਮਾਂ 'ਤੇ ਜਾਂ ਤਾਂ ਕੰਮ ਚੋਰੀ ਦੇ ਇਲਜ਼ਾਮ ਲੱਗਦੇ ਨੇ ਜਾਂ ਫਿਰ ਕੰਮ 'ਚ ਭ੍ਰਿਸ਼ਟਾਚਾਰੀ ਦੇ। ਪਰ ਤਰਨ ਤਾਰਨ 'ਚ ਇੱਕ ਅਜਿਹਾ ਹਾਦਸਾ ਵਾਪਰਿਆ ਜਿਸ ਨੇ ਸਰਕਾਰੀ ਮੁਲਾਜ਼ਮਾਂ ਦਾ ਇੱਕ ਹੋਰ ਪੱਖ ਸਾਹਮਣੇ ਲਿਆਂਦਾ ਹੈ। ਦਰਅਸਲ ਹੁਣ ਸਰਕਾਰੀ ਮੁਲਾਜ਼ਮ ਆਪਣਾ ਕੰਮ ਜਾਣੇ ਬਿਨਾਂ ਹੀ ਨੌਕਰੀ ਵੀ ਕਰਨ ਲੱਗੇ ਨੇ। ਤਰਨ ਤਾਰਨ ਦੇ ਭੀੜ ਭੜੱਕੇ ਵਾਲੇ ਬਾਜ਼ਾਰ 'ਚ ਸਿਲੰਡਰ ਫਟਣ ਕਾਰਨ ਇੱਕ ਮਿਠਾਈ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਅਮਲੇ ਨੂੰ ਅੱਗ 'ਤੇ ਕਾਬੂ ਪਾਉਣ ਲਈ ਸੱਦਾ ਦਿੱਤਾ। ਫਿਰ ਸ਼ੁਰੂ ਹੋਇਆ ਅਸਲ ਡਰਾਮਾ। ਅੱਗ ਬੁਝਾਊ ਅਮਲਾ ਅੱਗ ਬੁਝਾਉਣ ਤਾਂ ਪਹੁੰਚਿਆ, ਪਰ ਇਹਨਾਂ ਮੁਲਾਜ਼ਮਾਂ ਨੂੰ ਗੱਡੀ ਓਪਰੇਟ ਕਰਨੀ ਹੀ ਨਾ ਆਈ ਅਤੇ ਉਹ ਕਾਫ਼ੀ ਦੇਰ ਪਾਣੀ ਵਾਲੇ ਪਾਈਪ ਨੂੰ ਹੀ ਫੜੀ ਖੜ੍ਹੇ ਰਹੇ। ਇਸ ਦੌਰਾਨ ਪੁਲਿਸ ਵਿਭਾਗ ਦੇ ਕਰਮਚਾਰੀਆਂ ਨੇ ਫਾਇਰ ਬ੍ਰਿਗੇਡ ਗੱਡੀ ਦੀ ਛੱਤ 'ਤੇ ਚੜ੍ਹ ਕੇ ਪਾਣੀ ਨੂੰ ਚੱਲਦਾ ਕੀਤਾ। ਉੱਧਰ ਦੁਕਾਨ ਮਾਲਕ ਮੁਤਾਬਿਕ ਅੱਗ ਸਿਲੰਡਰ ਦਾ ਪਾਈਪ ਫਟਣ ਕਰਨ ਲੱਗੀ, ਪਰ ਗਨੀਮਤ ਰਹੀ ਕਿ ਇਸ ਦੌਰਾਨ ਜ਼ਖਮੀ ਹੋਏ ਕਾਮਿਆਂ ਦੀ ਜਾਨ ਬਚ ਗਈ। ਉਹਦੇ ਨਾਲ ਪਾਈਪ ਲੱਗੀ ਸੀ ਤੇ ਉਹ ਪਾਈਪ ਜਿਹੜੀ ਆ ਇੱਕਦਮ ਰੈਗੂਲਰ ਪੜ ਗਿਆ ਜੀ ਉੱਪਰੋਂ ਆਪਣੇ ਆਪ, ਤੇ ਉਹ ਪੜਨ ਦੇ ਨਾਲ ਉਹਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਤੇ ਉਹਦੀ ਅੱਗ ਜਿਹੜੀ ਉੱਪਰ ਫੈਲ ਗਈ ਤੇ ਲਾਗੀ ਬਾਕੀ ਬੰਦਿਆਂ ਦਾ ਬਚਾਅ ਹੋ ਗਿਆ। ਸੈਂਟਰ ਪਾਈਪ ਕਿੰਨੇ ਬੰਦੇ ਜ਼ਖਮੀ ਹੈ ਭਾਜੀ? ਜ਼ਖਮੀ ਦੋ ਬੰਦਿਆਂ ਦੇ ਜਦੋਂ ਸੈਂਟਰ ਟੇਢਾ ਹੋਇਆ ਜੀ ਆਪਣਾ, ਤੇ ਉਹਦੀ ਜਿਹੜੀ ਪ੍ਰੈਸ਼ਰ ਸੀ ਉਹਦੀ ਅੱਗ ਦੇ ਨਾਲ ਉਹ ਦੋ ਬੰਦੇ ਝੁਲਸੇ ਆ ਜੀ। ਪਰ ਬਾਕੀ ਕਿੰਨੇ ਝੁਲਸੇ? ਨਾ ਬਿਹਾਰੀ ਆ ਮੁੰਡੇ, ਨਾ ਨੀ ਮੈਨੂੰ ਪਤਾ ਝੁਲਸੇ ਆ ਜੀ। ਬਾਕੀ ਸੈਂਟਰ ਨਹੀਂ ਪਾਟਾ, ਬਚਾਅ ਹੋ ਗਿਆ ਜੀ। ਹਸਪਤਾਲ ਆ ਜਿਹੜੇ ਆ ਇਹ ਵੱਡਾ ਸੈਂਟਰ ਸੀ ਜੀ ਆਪਣਾ, ਛੋਟੇ ਸੈਂਟਰ ਵਰਤ ਸਕਦੇ ਜੀ? ਨਹੀਂ ਨਹੀਂ, ਵੱਡੇ ਸੈਂਟਰ ਵਰਤੀ ਦੇ ਜੀ। ਉਧਰ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਸਿਲੰਡਰ ਲੀਕ ਕਰ ਗਿਆ ਸੀ ਰੈਗੂਲੇਟਰ ਕੋਲੋਂ, ਉਹ ਲੀਕ ਕਰਨ ਨਾਲ ਫਿਰ ਉਹ ਅੱਗ ਫੜ ਗਈ, ਉਹਦੇ ਨਾਲ ਦੁਕਾਨ ਨੂੰ ਅੱਗ ਲੱਗ ਗਈ। ਤਾਂ ਮੌਕੇ 'ਤੇ ਫਾਇਰ ਬ੍ਰਿਗੇਡ ਮੰਗਾ ਕੇ ਸਾਡੇ SHO ਸਾਹਿਬ ਨੇ ਬਹੁਤ ਬਖੂਬੀ ਰੋਲ ਨਿਭਾਇਆ ਆਪਣਾ, ਬਾਕੀ ਪਬਲਿਕ ਨੇ ਕਾਫੀ ਸਹਿਯੋਗ ਦਿੱਤਾ ਅਤੇ ਅੱਗ 'ਤੇ ਕਾਬੂ ਪਾ ਲਿਆ। ਸਰ ਕੋਈ ਜ਼ਖਮੀ ਹੋਏ? ਦੋ ਉਹਨਾਂ ਦੇ ਜਿਹੜੇ ਵਰਕਰ ਉੱਥੇ ਕੰਮ ਕਰਦੇ ਸੀਗੇ ਉਹ ਜ਼ਖਮੀ ਹੋਏ ਆ, ਉਹਨਾਂ ਨੂੰ ਹੋਸਪਿਟਲ ਭੇਜਦਾ ਸੀਗਾ ਵੀ ਕਹਿੰਦਾ ਠੀਕ ਨੇ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਬਣਦਿਆਂ ਹੀ ਸੂਬੇ ਦੇ ਦਮਕਲ ਵਿਭਾਗ ਨੂੰ ਉੱਚ ਪੱਧਰੀ ਬਣਾਉਣ ਦੀ ਗੱਲ ਆਖੀ ਸੀ, ਪਰ ਇਸ ਦੇ ਬਾਵਜੂਦ ਵੀ ਫਾਇਰ ਬ੍ਰਿਗੇਡ ਦੇ ਅਮਲੇ ਅਤੇ ਅਸਲੇ ਦਾ ਹਾਲ ਮਾੜਾ ਜਾਪ ਰਿਹਾ। ਜੇਕਰ ਇਸ ਮੌਕੇ ਪੁਲਿਸ ਪਾਰਟੀ ਮੌਜੂਦ ਨਾ ਹੁੰਦੀ ਤਾਂ ਪਤਾ ਨਹੀਂ ਅੱਗ ਕਾਰਨ ਹੋਰ ਕਿੰਨਾ ਕੁ ਨੁਕਸਾਨ ਹੋ ਜਾਣਾ ਸੀ। ਲਿਹਾਜ਼ਾ ਪੁਲਿਸ ਅਧਿਕਾਰੀਆਂ ਦੀ ਪ੍ਰਸ਼ੰਸਾ ਕਰਨੀ ਤਾਂ ਜ਼ਰੂਰ ਬਣਦੀ ਹੈ, ਜਿਨ੍ਹਾਂ ਦੀ ਸੂਝਬੂਝ ਕਾਰਨ ਵੱਡਾ ਹਾਦਸਾ ਹੁਣ ਉਟਲ ਗਿਆ। ਤਰਨ ਤਾਰਨ ਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਕੁਮਾਰ, D5 ਚੈਨਲ, ਪੰਜਾਬੀ।